ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੈਸ ਟਿਊਟਰ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਕਲਾਸ 9th ਦਾ ਇੰਗਲਿਸ਼ ਦੇ ਇੰਪੋਰਟੈਂਟ ਕੁਐਸਚਨ ਆਨਸਰ, ਇੰਪੋਰਟੈਂਟ ਲੈਟਰ ਤੇ ਗ੍ਰਾਮਰ ਦਾ ਪੋਰਸ਼ਨ ਵਰਕ। ਪਹਿਲਾਂ ਤੁਹਾਨੂੰ ਮੈਂ ਗ੍ਰਾਮਰ ਦੇ ਵਿੱਚ ਦੱਸ ਦਿੰਦਾ ਕਿ ਗ੍ਰਾਮਰ ਦੇ ਵਿੱਚ ਕਿਹੜੇ ਕਿਹੜੇ ਇੰਪੋਰਟੈਂਟ ਜਿਹੜੇ ਲੈਟਰ ਨੇ। ਇੱਕ ਤਾਂ ਲੈਟਰ ਹੈਗਾ ਤੁਹਾਡੇ ਕੋਲ ਇੰਪੋਰਟੈਂਟ ਆਸਕਿੰਗ ਅ ਕਜ਼ਨ ਟੂ ਸਪੈਂਡ ਸਮਰ ਵਕੇਸ਼ਨ ਟੁਗੈਦਰ, ਐਂਡ ਸੈਕਿੰਡ ਹੈਗਾ ਆਪਣੇ ਕੋਲ ਅਪੋਲੋਜਾਈਜ਼ਿੰਗ ਫਾਰ ਨਾਟ ਅਟੈਂਡਿੰਗ ਅ ਬਰਥਡੇ ਪਾਰਟੀ। ਇਹ ਦੋਨੋਂ ਇੰਪੋਰਟੈਂਟ ਨੇ, ਤੁਸੀਂ ਇਹਨੂੰ ਕਰ ਸਕਦੇ ਹੋ। ਨੈਕਸਟ ਹੈਗਾ ਆਪਣੇ ਕੋਲ ਫਾਰਮਲ ਲੈਟਰ ਆਰਡਰਿੰਗ ਸਟੇਸ਼ਨਰੀ ਆਈਟਮ, ਇਹ ਵੀ ਤੁਸੀਂ ਇੱਕ ਯਾਦ ਕਰਕੇ ਜਾਇਓ। ਨੈਕਸਟ ਇੱਕ ਪੈਰਾਗ੍ਰਾਫ ਆਪਣੇ ਕੋਲ ਮਾਈ ਨੇਬਰ ਦਾ, ਜਿਨ੍ਹਾਂ ਨੂੰ ਨਹੀਂ ਯਾਦ ਜਾਂ ਨਹੀਂ ਲਿਖਿਆ ਉਹਨਾਂ ਨੇ ਤਾਂ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਇੱਥੇ ਰੱਖ ਸਕਦੇ ਹੋ, ਇਹ ਵੀ ਤੁਹਾਨੂੰ ਕੱਲ੍ਹ ਪੇਪਰ ਦੇ ਵਿੱਚ ਆ ਸਕਦਾ। ਇੱਕ ਪੈਰਾਗ੍ਰਾਫ ਹੈ ਅਰੁਣਾ ਅਸੀਫ ਅਲੀ ਦਾ, ਇਹ ਵੀ ਤੁਸੀਂ ਕਰ ਸਕਦੇ ਹੋ ਯਾਦ, ਇਹਦਾ ਸਕਰੀਨਸ਼ਾਟ ਲੈ ਲਓ ਤੁਸੀਂ। ਨੈਕਸਟ ਜਿਹੜੀ ਟ੍ਰਾਂਸਲੇਸ਼ਨ ਹੈ ਇੰਪੋਰਟੈਂਟ, ਸੂਰਜ ਪੂਰਬ ਵਿੱਚੋਂ ਨਿਕਲਦਾ ਹੈ ਤਾਂ ਸਨ ਰਾਈਜ਼ ਇਜ਼ ਇਨ ਦਾ ਈਸਟ, ਉਹ ਸਕੂਲ ਨਹੀਂ ਜਾਂਦਾ ਹੈ, ਹੀ ਡਜ਼ ਨਾਟ ਗੋ ਟੂ ਸਕੂਲ, ਕੀ ਉਹ ਗਾਣਾ ਗਾਉਂਦਾ ਹੈ, ਡਜ਼ ਹੀ ਸਿੰਗ ਅ ਸੌਂਗ, ਬੱਚੇ ਸ਼ੋਰ ਨਹੀਂ ਮਚਾ ਰਹੇ ਹਨ, ਚਿਲਡਰਨ ਆਰ ਨਾਟ ਮੇਕਿੰਗ ਨੋਇਜ਼, ਕੀ ਚਪੜਾਸੀ ਘੰਟੀ ਵਜਾ ਰਿਹਾ ਹੈ, ਇਸ ਦਾ ਪੀਅਨ ਰਿੰਗਿੰਗ ਦਾ ਬੈਲ, ਉਹ ਕਿੱਥੇ ਜਾ ਰਹੀ ਹੈ, ਵੇਅਰ ਇਜ਼ ਸ਼ੀ ਗੋਇੰਗ, ਅੰਜੂ ਨੇ ਆਪਣਾ ਕੰਮ ਕਰ ਲਿਆ ਹੈ, ਅੰਜੂ ਹੈਜ਼ ਡਨ ਹਰ ਵਰਕ, ਪ੍ਰਦੀਪ ਕਿੱਥੇ ਪਹੁੰਚ ਗਿਆ ਹੈ, ਵੇਅਰ ਹੈਜ਼ ਪ੍ਰਦੀਪ ਰੀਚਡ, ਸਵੇਰ ਤੋਂ ਵਰਖਾ ਹੋ ਰਹੀ ਹੈ, ਇਟ ਹੈਜ਼ ਬੀਨ ਰੇਨਿੰਗ ਸਿੰਸ ਮਾਰਨਿੰਗ, ਮੈਂ ਅੰਗਰੇਜ਼ੀ ਬੋਲ ਸਕਦੀ ਹਾਂ, ਆਈ ਕੈਨ ਸਪੀਕ ਇੰਗਲਿਸ਼, ਤੁਹਾਨੂੰ ਹਰ ਰੋਜ਼ ਕਸਰਤ ਕਰਨੀ ਚਾਹੀਦੀ ਹੈ, ਯੂ ਸ਼ੁੱਡ ਟੇਕ ਐਕਸਰਸਾਈਜ਼ ਡੇਲੀ, ਉਹ ਆਪਣੇ ਬਚਪਨ ਵਿੱਚ ਕ੍ਰਿਕਟ ਖੇਡਿਆ ਕਰਦਾ ਸੀ, ਹੀ ਯੂਜ਼ ਟੂ ਪਲੇ ਕ੍ਰਿਕਟ ਇਨ ਹਿਜ਼ ਚਾਈਲਡਹੁੱਡ, ਸਾਨੂੰ ਆਪਣੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ, ਵੀ ਆਊਟ ਟੂ ਸਰਵ ਅਵਰ ਕੰਟਰੀ, ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ, ਯੂ ਸ਼ੁੱਡ ਨਾਟ ਵਰੀ ਅਬਾਊਟ ਇਟ, ਕਾਸ਼ ਮੈਂ ਪ੍ਰਧਾਨ ਮੰਤਰੀ ਹੁੰਦਾ, ਵੁੱਡ ਡੈਟ ਆਈ ਵਰ ਪ੍ਰਾਈਮ ਮਿਨਿਸਟਰ। ਇਹ ਜਿਸ ਦੀ ਕਾਪੀ ਜੋ ਮੈਂ ਤੁਹਾਨੂੰ ਕੁਸ਼ਚਨ ਆਂਸਰ ਦਿਖਾ ਰਿਹਾ, ਉਹ ਸਟੂਡੈਂਟ ਦਾ ਨਾਮ ਹੈਗਾ ਨਵਦੀਪ ਕੌਰ, ਜਿਸਨੇ ਬਹੁਤ ਹੀ ਸੋਹਣੀ ਲਿਖਾਈ ਦੇ ਵਿੱਚ ਜਿਹੜਾ ਆਪਣਾ ਕੰਮ ਕੰਪਲੀਟ ਕੀਤਾ ਹੋਇਆ। ਤੁਸੀਂ ਵੀ ਸਾਰੇ ਸਟੂਡੈਂਟ ਜਿਹੜਾ ਐਗਜ਼ਾਮ ਵੀ ਇਸ ਤਰੀਕੇ ਨਾਲ ਦਿਆ ਕਰੋ, ਔਰ ਆਪਣੀ ਕਾਪੀ ਵੀ ਤੁਸੀਂ ਇਸੇ ਤਰੀਕੇ ਨਾਲ ਬਹੁਤ ਸੋਹਣਾ ਸੋਹਣਾ ਲਿਖ ਕੇ ਸਜਾਇਆ ਕਰੋ। ਨਵਦੀਪ ਕੌਰ ਸਟੂਡੈਂਟ ਮੇਰੇ ਚੈਨਲ ਨਾਲ ਉਦੋਂ ਤੋਂ ਹੀ ਜੁੜੀ ਹੋਈ ਹੈ ਜਦੋਂ ਤੋਂ ਅਸੀਂ ਚੈਨਲ ਸਟਾਰਟ ਕੀਤਾ ਸੀ। ਨੈਕਸਟ ਚੈਪਟਰ ਆਪਣੇ ਕੋਲ ਫਸਟ ਚੈਪਟਰ ਦ ਮੈਜਿਕ ਵਾਇਲਨ, ਇਹਦੇ ਵਿੱਚ ਇੰਪੋਰਟੈਂਟ ਕੁਐਸਚਨ ਹੈ ਕਿ ਆਪਣੇ ਕੋਲ ਵਾਈ ਡਿਡ ਦਾ ਬੋਏ ਗੋ ਟੂ ਦਾ ਫਾਰਮਰ, ਦ ਬੋਏ ਵੈਂਟ ਟੂ ਹੀਮ ਇਨ ਸਰਚ ਆਫ ਵਰਕ। ਨੈਕਸਟ ਕੁਐਸਚਨ, ਵਾਟ ਡਿਡ ਦਾ ਫਾਰਮਰ ਆਸਕ ਹਿਮ ਟੂ ਡੂ, ਦ ਫਾਰਮਰ ਆਸਕਡ ਹਿਮ ਟੂ ਲੁੱਕ ਆਫਟਰ ਹਿਸ ਗੋਟਸ ਐਂਡ ਗੇਜ਼ ਦੈਮ ਟੂ ਹਿਲਸ, ਵਾਟ ਡਿਡ ਦਾ ਮੈਨ ਗਿਵ ਟੂ ਦਾ ਬੋਏ ਟੂ ਵਿਸ਼ਿਸ ਅ ਮੈਜਿਕ ਵਾਇਲਨ ਐਂਡ ਅ ਮੈਜਿਕ ਗਮ, ਵੇਅਰ ਡਿਡ ਦਾ ਬੋਏ ਗੋ ਦੈਨ, ਵਾਟ ਹੈਪਨ ਦੇਅਰ, ਦ ਬੋਏ ਵੈਂਟ ਬੈਕ ਟੂ ਫਾਰਮਰਸ ਹਾਊਸ, ਐਜ਼ ਹੀ ਰੀਚਡ ਦਾ ਗੇਟ A bird flew up from the field. The boy hit the bird with his gun. The farmer claimed it. The boy began to play on his magic violin. The farmer danced and danced while the boy played. The farmer requested him to stop. The farmer said he would give him 1,000 silver coins. Next important question. Why did the magistrate punish him? What was the punishment? Magistrate ne punish kyon kita? Te punishment ki si? The farmer informed the police that boy had stolen his 1,000 silver coins. Farmer ne informed kita police nu ke boy ne usde 1,000 silver coin jede ne chori kar le. So the police arrested him. So is karke police ne usnu arrest kar liya. The magistrate believed the farmer's story. Magistrate ne farmer di story te believe kita. He ordered to hang the boy at once. Te usne order deta boy nu ਹੈਂਗ ਕਰਨ ਦੇ ਲਈ। ਇਹ ਵੀ ਤੁਸੀਂ ਕਰੀ ਜਾਇਓ ਕੁਐਸਚਨ, ਹਾਊ ਡਿਡ ਦਾ ਬੋਏ ਗੈਟ ਦਾ ਸਿਲਵਰ ਕੋਇਨਸ ਐਂਡ ਹਿਸ ਫਰੀਡਮ ਬੈਕ, ਕਿਵੇਂ ਜਿਹੜੇ ਬੋਏ ਨੇ ਆਪਣੇ ਜਿਹੜੇ ਕੋਇਨ ਵਾਪਸ ਲਏ ਐਂਡ ਹਿਸ ਫਰੀਡਮ ਬੈਕ ਤੇ ਆਪਣੀ ਆਜ਼ਾਦੀ ਜਿਹੜੀ ਵਾਪਸ ਲਈ। ਦ ਬੋਏ ਰਿਕੁਐਸਟਡ ਦ ਮੈਜਿਸਟਰੇਟ ਲੈਟ ਹਿਮ ਪਲੇ ਹਿਸ ਵਾਇਲਨ, ਕਹਿੰਦਾ ਬੋਏ ਨੇ ਰਿਕੁਐਸਟ ਕੀਤੀ ਮੈਜਿਸਟਰੇਟ ਨੂੰ ਕਿ ਉਸਨੂੰ ਵਾਇਲਨ ਵਜਾ ਲੈਣ ਦੋ, ਬਿਫੋਰ ਹੀ ਵਾਜ਼ ਹੈਂਗਡ, ਉਸਨੂੰ ਹੈਂਗ ਕਰਨ ਤੋਂ ਪਹਿਲਾਂ। ਵੈਨ ਦ ਬੋਏ ਪਲੇਡ ਦ ਵਾਇਲਨ, ਕਹਿੰਦੇ ਜਦੋਂ ਫਿਰ ਬੋਏ ਨੇ ਵਾਇਲਨ ਵਜਾਇਆ, ਐਵਰੀਬਾਡੀ ਸਟਾਰਟਡ ਡਾਂਸਿੰਗ, ਹਰ ਕੋਈ ਜਿਹੜਾ ਡਾਂਸਿੰਗ ਸਟਾਰਟ ਕਰਨ ਲੱਗ ਗਿਆ। ਐਟ ਲਾਸਟ ਦਾ ਫਾਰਮਰ ਸੈਡ, ਤੇ ਲਾਸਟ ਵਿੱਚ ਫਾਰਮਰ ਨੇ ਕਿਹਾ ਦੈਟ ਹੀ ਵੁੱਡ ਗਿਵ ਹਿਮ ਦਾ ਸਿਲਵਰ ਕੋਇਨਸ, ਉਹ ਉਸਨੂੰ ਸਿਲਵਰ ਕੋਇਨ ਦੇ ਦੇਵੇਗਾ। The magistrate said that he would give him his freedom. Magistrate ne kiya ki usnu ko azadi usdi wapas kar do. Thus the boy got both these things. Te boy nu usdiyan dono cheezan jehdiyan fir mil gaiyan. Next apne kol wishes come true. First question apne kol important, why did Sushil Chandra's neighbor get angry with him? Kehna jehda Sushil Chandra da jehda neighbor siga oh gusse kyon ho gaya usde naal? Sushil Chandra's neighbor got angry with him because of his tricks played on them. Kyunki ohne play
ਕਿਉਂਕਿ ਉਸਨੇ ਕੋਈ ਟ੍ਰਿਕਸ ਜਿਹੜੀਆਂ ਹੈਗੀਆਂ ਉਹਦੇ ਤੇ ਖੇਡੀਆਂ ਸੀ। ਨੈਕਸਟ, ਵਾਈ ਡਿਡ ਸੁਸ਼ੀਲ ਨੋਟ ਵਾਂਟ ਟੂ ਗੋ ਟੂ ਸਕੂਲ ਔਨ ਸੈਚਰਡੇ? ਸੁਸ਼ੀਲ ਜਿਹੜਾ ਸੈਚਰਡੇ ਨੂੰ ਸਕੂਲ ਕਿਉਂ ਨਹੀਂ ਜਾਣਾ ਚਾਹੁੰਦਾ ਸੀ? ਵਟ ਹੈਪਨਡ ਦੈਨ, ਕੀ ਹੋਇਆ ਸੀ? ਸੁਸ਼ੀਲ ਡਿਡ ਨੋਟ ਵਾਂਟ ਟੂ ਗੋ ਟੂ ਸਕੂਲ ਔਨ ਸੈਚਰਡੇ ਬਿਕੋਜ਼ ਦੇਅਰ ਵਾਜ਼ ਅ ਕਲਾਸ ਟੈਸਟ ਇਨ ਜੋਗਰਾਫੀ, ਕਿਉਂਕਿ ਉੱਥੇ ਇੱਕ ਕਲਾਸ ਦੇ ਵਿੱਚ ਉਸਦੀ ਜੋਗਰਾਫੀ ਦਾ ਟੈਸਟ ਸੀਗਾ। ਐਂਡ ਸੈਕਿੰਡਲੀ ਦੇਅਰ ਵੁੱਡ ਬੀ ਫਾਇਰ ਵਰਕ ਸ਼ੋ ਇਨ ਦਾ ਈਵਨਿੰਗ, ਤੇ ਸ਼ਾਮ ਨੂੰ ਇੱਕ ਫਾਇਰ ਵਰਕ ਦਾ ਸ਼ੋ ਵੀ ਸੀਗਾ ਜਿਸ ਕਰਕੇ ਉਹ ਨਹੀਂ ਜਾਣਾ ਚਾਹੁੰਦਾ ਸੀ। ਨੈਕਸਟ, ਵਟ ਚੇਂਜਿਸ ਟੁੱਕ ਪਲੇਸ ਇਨ ਸੁਸ਼ੀਲ? ਹੀ ਵਾਜ ਗਰੋਨ ਸੋ ਮਚ ਓਵਰ ਨਾਈਟ ਡੈਟ ਹਿਸ ਕਲੋਥਸ ਹੈਡ ਬਸਟ ਦੇਅਰ ਸੀਨਸ, ਹਿਸ ਫੇਸ ਵਾਜ ਕਵਰਡ ਵਿਦ ਗ੍ਰੇ ਸਟਰਬਲ ਐਂਡ ਹੀ ਹੈਡ ਆਲਸੋ ਬਿਕਮ ਬੋਲਡ। ਨੈਕਸਟ, ਵਾਈ ਵਾਜ ਸੁਸ਼ੀਲ ਕੈਪਟ ਬੀਜ਼ੀ ਇਨ ਦਾ ਈਵਨਿੰਗ? ਅ ਗਰੁੱਪ ਆਫ ਓਲਡ ਮੈਨ ਯੂਜ਼ ਟੂ ਬੀ ਗੈਦਰਡ ਇਨ ਸੁਸ਼ੀਲਸ ਰੂਮ ਟੂ ਪਲੇ ਚੈੱਸ, ਸੋਬਲ ਵਾਜ ਕੈਪਟ ਬੀਜ਼ੀ ਸੋ ਦੈਟ ਹੀ ਕੁਡ ਨੋਟ ਕਮ ਐਂਡ ਡਿਸਟਰਬ ਦਾ ਐਲਡਰਸ ਟੂ ਕੀਪ ਕੁਆਇਟ ਐਟ ਦੈਟ ਟਾਈਮ, ਦਾ ਟਿਊਟਰ ਕੈਪਟ ਸੋਬਲ ਬੀਜ਼ੀ ਟਿਲ 10 ਐਟ ਨਾਈਟ। ਨੈਕਸਟ, ਵਟ ਹੈਪਨ ਵੈਨ ਦਾ ਲੇਡੀ ਓ ਵਿਸ਼ਿਸ ਚੇਂਜਿਸ ਦੈਨ ਵੰਸ ਮੋਰ? ਬੋਥ ਦਾ ਫਾਦਰ ਐਂਡ ਸਨ ਸਟਾਰਟਿਡ ਬਿਹੇਵਿੰਗ ਐਜ ਦੇ ਆਲਵੇਜ ਡਿਡ, ਦਾ ਫਾਦਰ ਸਟਾਰਟਿਡ ਪਾਸਿੰਗ ਓਵਰ ਦਾ ਚਾਈਲਡ ਐਂਡ ਚਾਈਲਡ ਸਟਾਰਟਿਡ ਮੇਕਿੰਗ ਐਕਸਕਿਊਜ਼ਿਸ, ਸੁਬਲ ਸੈਡ ਟੂ ਸੁਸ਼ੀਲ ਆਰ ਨੋਟ ਯੂ ਗੋਇੰਗ ਟੂ ਸਟਾਰਟ ਲਰਨਿੰਗ ਯੂਅਰ ਗਰਾਮਰ? ਸੁਸ਼ੀਲ ਰਿਪਲਾਈਡ, ਫਾਦਰ ਆਈ ਹੈਵ ਲੋਸਟ ਮਾਈ ਬੁੱਕ। ਨੈਕਸਟ ਆ ਜੀ ਆਪਣੇ ਕੋਲ ਗਰੂਮਿੰਗ ਆਫ ਅ ਬੋਆਏ ਚੈਪਟਰ। ਇਹਦੇ ਵਿੱਚ ਇੰਪੋਰਟੈਂਟ ਕੁਝ ਜਿਹੜੇ ਵਰਡ ਮੀਨਿੰਗ ਨੇ, ਸਟੈਂਡਰਲ, ਅਨਪ੍ਰਿੰਸੀਪਲਡ ਪਰਸਨ, ਡੈਡੀਕੇਟਿਡ, ਕਮਿਟਿਡ, ਲਾਈਕ, ਲਿਕ, ਡਿਫੀਟ, ਫਾਊਂਡਰ, ਟੂ ਥਿੰਕ ਅਬਾਊਟ ਸਮਥਿੰਗ ਕੇਅਰਫੁਲੀ ਫੋਰ ਲੌਂਗ ਟਾਈਮ, ਹੌਲ, ਟੂ ਕਰਾਈ ਲਾਊਡਲੀ, ਸਬਲਾਈਮ, ਆਫ ਦਾ ਬੈਸਟ ਕਾਇੰਡ। ਨੈਕਸਟ ਕੁਸ਼ਚਨ, ਆਲ ਮੈਨ ਆਰ ਨੋਟ ਜਸਟ ਐਂਡ ਟਰੂ, ਵਾਈ ਇਜ਼ ਦਾ ਔਥਰ ਸਟਿਲ ਹੋਪਫੁਲ? ਦਾ ਔਥਰ ਇਜ਼ ਸਟਿਲ ਹੋਪਫੁਲ ਐਸ ਇਨ ਐਵਰੀ ਬੈਡ ਮੈਨ ਦੇਅਰ ਇਜ਼ ਅ ਹੀਰੋ। ਨੈਕਸਟ, ਵਟ ਸ਼ੁੱਡ ਲਿੰਕਨਸ ਸਨ ਬੀ ਸਟੀਡ ਅਵੇ ਫਰੋਮ? ਹੀ ਸ਼ੁੱਡ ਬੀ ਸਟੀਡ ਅਵੇ ਫਰੋਮ ਐਨਵੀ। ਨੈਕਸਟ, ਵਟ ਸ਼ੁੱਡ ਵਨ ਨੈਵਰ ਸੈਲ? ਵਨ ਸ਼ੁੱਡ ਨੈਵਰ ਸੈਲ ਵਨਸ ਹਰਟ ਐਂਡ ਸੋਲ ਟੂ ਐਨੀਬੋਡੀ। ਨੈਕਸਟ, ਵਟ ਸ਼ੁੱਡ ਵਨ ਬਿਫੇਅਰ ਓਫ? ਵਨ ਸ਼ੁੱਡ ਬਿਵੇਅਰ ਓਫ ਫਲੈਟਰਸ। ਲੌਂਗ ਕੁਸ਼ਚਨ, ਲਿਸਟ ਦਾ ਕੁਆਲਿਟੀ ਵਿਚ ਮੇਕਸ ਅ ਗੁੱਡ ਹਿਊਮਨ ਬੀਂਗ, ਦਾ ਫੋਲੋਇੰਗ ਕੁਆਲਿਟੀਜ਼ ਮੇਕ ਵਨ ਅ ਗੁੱਡ ਹਿਊਮਨ ਬੀਂਗ, ਓਨੈਸਟੀ, ਕੋਰੇਜ, ਪੇਸ਼ੈਂਸ, ਟਰੁਥਫੁਲਨੈਸ ਐਂਡ ਫੇਥ ਇਨ ਵਨ ਸੈਲਫ ਐਂਡ ਫੇਥ ਇਨ ਗੁੱਡਨੈਸ ਆਫ ਮੈਨ ਕਾਇੰਡ। ਨੈਕਸਟ, ਰਾਈਟ ਦਾ ਸੈਂਟਰਲ ਆਈਡੀਆ ਆਫ ਦਾ ਪੋਇਮ। ਅਕੋਰਡਿੰਗ ਟੂ ਦਾ ਪੋਇਟ, ਗੋਡ ਕੈਨ ਨੋਟ ਬੀ ਫਾਊਂਡ ਇਨ ਐਨੀ ਟੈਂਪਲ। ਸੈਂਟਰਲ ਆਈਡੀਆ ਕੀ ਹੈ ਪੋਇਮ ਦਾ? ਕਵੀ ਦੇ ਅਨੁਸਾਰ ਜਿਹੜਾ ਰੱਬ ਹੈ ਉਹ ਕਿਸੇ ਵੀ ਗੁਰਦੁਆਰੇ ਵਿੱਚ ਨਹੀਂ ਮਿਲਦਾ ਜਾਂ ਟੈਂਪਲ 'ਚ ਨਹੀਂ ਮਿਲਦਾ। ਵੀ ਕੈਨ ਨੋਟ ਫਾਈਂਡ ਹਿਮ ਬਾਈ ਚੈਂਟਿੰਗ, ਸਿੰਗਿੰਗ ਐਂਡ ਟੈਲਿੰਗ ਬੀਡਸ। ਦਾ ਐਲੀਮਾਈਟੀ ਇਜ਼ ਆਲਵੇਜ ਇਨ ਦਾ ਕੰਪਨੀ ਆਫ ਦਾ ਪੂਅਰ ਐਂਡ ਹਾਰਡ ਵਰਕਿੰਗ ਲੇਬਰਸ। ਨੈਕਸਟ, ਵੇਅਰ ਕੈਨ ਗੋਡ ਬੀ ਫਾਊਂਡ? ਰੱਬ ਕਿੱਥੇ ਮਿਲਦਾ? ਦਾ ਗੋਡ ਇਜ਼ ਆਲਵੇਜ ਇਨ ਦਾ ਕੰਪਨੀ ਆਫ ਦਾ ਪੂਅਰ ਐਂਡ ਹਾਰਡ ਵਰਕਿੰਗ ਲੇਬਰਸ। ਰੱਬ ਹਮੇਸ਼ਾ ਜਿਹੜੇ ਗਰੀਬਾਂ ਅਤੇ ਹਾਰਡ ਵਰਕ ਕਰਨ ਵਾਲੇ ਜਿਹੜੇ ਲੇਬਰਾਂ ਦੇ ਵਿੱਚ, ਮਜ਼ਦੂਰਾਂ ਦੇ ਵਿੱਚ ਮਿਲਦਾ। ਨੈਕਸਟ, ਵਟ ਡਸ ਦਾ ਪੋਇਟ ਸੁਜੈਸਟ ਰਿਗਾਰਡਿੰਗ ਦਾ ਪ੍ਰੈਜੈਂਸ ਆਫ ਗੋਡ? ਦਾ ਪੋਇਟ ਬਿਲੀਵ ਦੈਟ ਗੋਡ ਇਜ਼ ਪ੍ਰੈਜੈਂਟ ਐਵਰੀਵੇਅਰ, ਦਾ ਗੋਡ ਇਜ਼ ਆਲਵੇਜ ਇਨ ਦਾ ਕੰਪਨੀ ਆਫ ਦਾ ਪੂਅਰ ਐਂਡ ਹਾਰਡ ਵਰਕਿੰਗ ਲੇਬਰਸ। ਨੈਕਸਟ ਪੋਇਮ ਦਾ, ਵਟ ਵਾਜ ਦਾ ਈਵੈਂਟ ਦੈਟ ਸਰਪ੍ਰਾਈਜ਼ ਦਾ ਵਰਲਡ? ਜੇਸੀ ਬੋਸ ਹੈਡ ਇਨਵੈਂਟਡ ਐਂਡ ਇੰਸਟਰੂਮੈਂਟ ਦੈਟ ਸਰਪ੍ਰਾਈਜ਼ ਦਾ ਵਰਲਡ ਬਿਕੋਜ਼ ਇਟ ਕੁਡ ਮਈਅਰ ਦਾ ਗਰੋਥ ਆਫ ਪਲਾਂਟਸ। ਹੀ ਆਲਸੋ ਪ੍ਰੂਵਡ ਦੈਟ ਪਲਾਂਟਸ ਹੈਵ ਹਰਟਸ ਐਂਡ ਕੈਨ ਫੈਲ। ਹੀ ਪ੍ਰੂਵਡ ਦੈਟ ਪਲਾਂਟਸ ਕੈਨ ਸੀ। ਨੈਕਸਟ, ਨੇਮ ਦਾ ਇੰਸਟਰੂਮੈਂਟ ਮੇਡ ਬਾਈ ਜਗਦੀਸ਼ ਚੰਦਰ ਬੋਸ। ਜਗਦੀਸ਼ ਚੰਦਰ ਬੋਸ ਨੇ ਕਿਹੜਾ ਜਿਹੜਾ ਇੰਸਟਰੂਮੈਂਟ ਬਣਾਇਆ? ਕ੍ਰਿਸੋਗ੍ਰਾਫ। ਨੈਕਸਟ, ਵਟ ਵੁੱਡ ਦਾ ਇੰਸਟਰੂਮੈਂਟ ਮਈਅਰ? ਇਟ ਕੁਡ ਮਈਅਰ ਦਾ ਗਰੋਥ ਆਫ ਪਲਾਂਟਸ। ਇਟ ਆਲਸੋ ਮਈਅਰ ਦੈਟ ਪਲਾਂਟਸ ਹੈਵ ਹਰਟਸ ਐਂਡ ਕੈਨ ਫੀਲ ਐਂਡ ਪਲਾਂਟਸ ਕੈਨ ਸੀ। ਨੈਕਸਟ, ਵੇਅਰ ਡਿਡ ਬੋਸ ਗੋ ਫੋਰ ਹਾਇਅਰ ਸਟੱਡੀ? ਬੋਸ ਜਿਹੜੇ ਹਾਇਅਰ ਸਟੱਡੀ ਲਈ ਕਿੱਥੇ ਗਏ? ਇੰਗਲੈਂਡ। ਨੈਕਸਟ, ਵਟ ਕੈਨ ਪਲਾਂਟਸ ਫੀਲ? ਪਲਾਂਟਸ ਕੈਨ ਫੀਲ ਲਾਈਕ ਹਿਊਮਨ ਬੀਂਗਸ, ਦੇ ਕੈਨ ਫੀਲ ਟਾਇਰਡ, ਸੈਡ ਔਰ ਹੈਪੀ। ਸੋ ਇਹ ਸੀ ਤੁਹਾਡੇ 9th ਕਲਾਸ ਦੇ ਇੰਗਲਿਸ਼ ਦੇ ਇੰਪੋਰਟੈਂਟ ਕੁਸਚਨ ਆਂਸਰ। ਆਈ ਹੋਪ ਤੁਹਾਨੂੰ ਸਾਰੇ ਕੁਸਚਨ ਜਿਹੜੇ ਨੇ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ। ਜੁੜੇ ਰਹੋ ਜੀ ਫਿਰ ਜੈਸ ਟਿਊਟਰ ਦੇ ਨਾਲ, ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ ਵੈਰੀ ਮਚ।